रोस वाली जड़ी जागो हैगी या काली जागो जड़ी कढ़ी जावे ले लो गोभी ले लो आलू ले लो गोभी ले लो गंडे ले लो तोल के मोती ने शक्कर खाने कसाना एक बोल के सेंटर दी सरकार सुती पई आ ओनु जगाउण वास्ते असी जड़ी आ अज जागो दा प्रोग्राम रख्या वा ਬੰਦੀ ਕਿਹੜੇ ਪਿੰਡ ਨੂੰ ਆਇਆ ਏ ਉੱਥੇ ਤੂੰ ਤੇ ਮਦੀ ਪਾਂਦਰ ਵਰਗੀ ਬੁੱਧੀ ਤੇ ਤੂੰ ਕਵੀ ਨਾ ਏ ਦੀ ਪਾਂਦਰ ਵਰਗੀ ਬੁੱਧੀ ਤੇ ਹੋਣਾ ਪੈਣਾ ਵੇ ਸੱਚ ਦੀ ਆਵਾਜ਼ ਆ ਇਹ ਕੋਈ ਐਵੇਂ ਆਵਾਜ਼ ਨਹੀਂ ਜਿਹੜੀ ਜਾਗੋ ਕਰ ਰਹੇ ਆ ਨਾ ਮੋਦੀ ਜੀ ਨੇ ਕੰਨਾਂ ਤੱਕ ਪਹੁੰਚਾ ਰਹੇ ਵੀ ਜਾਗੋ ਇਸ ਵੇਲੇ ਪੰਜਾਬ ਚ ਕੱਢੀ ਜਾਗੋ ਦੇ ਚਰਚੇ ਸਾਰੇ ਪਾਸੇ ਹੋਏ ਪਏ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਦਰਾਂ ਬਾਹਰ ਸ਼ਹਿਰ ਵਾਸੀਆਂ ਵੱਲੋਂ ਅਜਿਹੀਆਂ ਬੋਲੀਆਂ ਪਾਈਆਂ ਗਈਆਂ ਕਿ ਮੰਤਰੀ ਸਾਹਿਬ ਦੇ ਦਰਵਾਜ਼ੇ ਖੋਲਣ ਦੀ ਉਡੀਕ ਕਰ ਰਹੇ ਇਹਨਾਂ ਲੋਕਾਂ ਨੇ ਅੱਤ ਕਰਾ ਦਿੱਤੀ ਹੌਲੀ ਸਿਟੀ ਅੰਮ੍ਰਿਤਸਰ 'ਚ ਖੇਤੀ ਸੰਘਰਸ਼ ਦੇ ਹੱਕ 'ਚ ਸ਼ਹਿਰ ਵਾਸੀਆਂ ਦੇ ਨਾਲ ਨਾਲ ਕਈ ਪੰਜਾਬੀ ਦਿੱਗਜ ਕਲਾਕਾਰਾਂ ਵੱਲੋਂ ਵੀ ਜਾਗੋ ਕੱਢੀ ਗਈ ਜਿੱਥੇ ਕੇਂਦਰ ਸਰਕਾਰ ਤੇ ਤਨ ਕਸਤੀਆਂ ਤਖਤੀਆਂ ਤੇ ਕਿਸਾਨੀ ਹੱਕਾਂ ਦੇ ਝੰਡੇ ਫੜੀ ਇਹਨਾਂ ਸ਼ਹਿਰ ਵਾਸੀਆਂ ਵੱਲੋਂ ਕਈ ਬੋਲੀਆਂ ਪਾਈਆਂ ਗਈਆਂ ਪਰ ਜਦੋਂ ਸ਼ਹਿਰ ਚੋਂ ਨਿਕਲੀ ਜਾਗੋ ਪੌਸ਼ ਏਰੀਏ ਵਿੱਚ ਨਵਜੋਤ ਸਿੰਘ ਸਿੱਧੂ ਦੇ ਦਰਾਂ ਬਾਹਰ ਪਹੁੰਚੀ ਤਾਂ ਉੱਥੇ ਜੋ ਹੋਇਆ ਉਹ ਤੁਸੀਂ ਆਪ ਵੇਖ ਲਵੋ ਲੈ ਲੋ ਗੋਭੀ ਲੈ ਲੋ ਆਲੂ ਲੈ ਲੋ ਗੋਭੀ ਲੈ ਲੋ ਗੰਡੇ ਲੈ ਲੋ ਤੋਲ ਕੇ ਮੋਦੀ ਨੇ ਸ਼ੱਕਰ ਖਾਣੇ ਕਸਾਨਾ ਅੱਗੇ ਬੋਲ ਕੇ ਮੋਦੀ ਨੇ ਸ਼ੱਕਰ ਖਾਣੇ ਕਸਾਨਾ ਅੱਗੇ ਬੋਲ ਕੇ ਅੱਜ ਸਾਰੇ ਇਲਾਕਾ ਨਿਵਾਸੀਆਂ ਨੇ ਆਪਣੇ ਸਾਰੇ ਹੀ ਭੈਣਾਂ ਭਰਾਵਾਂ ਦੇ ਨਾਲ ਮਿਲ ਕੇ ਇਹ ਪਲਾਨ ਕੀਤਾ ਕਿ ਇੱਕ ਰੋਸ ਵਾਲੀ ਜਿਹੜੀ ਜਾਗੋ ਹੈਗੀ ਆ ਕਾਲੀ ਜਾਗੋ ਜਿਹੜੀ ਕੱਢੀ ਜਾਵੇ ਔਰ ਅੱਜ ਅਸੀਂ ਇਹ ਜਾਗੋ ਜਿਹੜੀ ਆ ਇੱਥੋਂ ਰਾਜਨ ਮਾਨ ਜੀ ਇਹਨਾਂ ਦੇ ਘਰ ਤੋਂ ਸ਼ੁਰੂ ਕਰਾਂਗੇ ਇਸ ਤੋਂ ਬਾਅਦ ਸਾਡੇ ਘਰ ਜਾਏਗੀ ਉਸ ਤੋਂ ਬਾਅਦ ਹਰਚਰਨ ਭਾਈ ਦੇ ਘਰੇ ਜਾਏਗੀ ਔਰ ਇਸ ਤਰ੍ਹਾਂ ਅੱਗੇ ਅੱਗੇ ਤੁਰਦੀ ਹੋਈ ਅਸੀਂ ਆਪਣੀਆਂ ਬੋਲੀਆਂ ਦੇ ਰਾਹੀਂ ਆਪਣੇ ਗੀਤਾਂ ਦੇ ਰਾਹੀਂ ਜਿਹੜਾ ਰੋਸ ਹੈਗਾ ਵਾ ਉਹਨੂੰ ਇਹਨਾਂ ਬੋਲੀਆਂ ਦੇ ਰਾਹੀਂ ਔਰ ਜਾਗੋ ਦੇ ਰਾਹੀਂ ਦਰਸਾਵਾਂਗੇ ਦੇਖੋ ਜੀ ਇਕੱਲੇ ਪੰਜਾਬੀ ਕਲਾਕਾਰ ਹੀ ਨਹੀਂ ਸਾਰੇ ਹੀ ਪੰਜਾਬੀ ਜਿਹੜੇ ਨੇ ਇਸ ਵੇਲੇ ਬਲਕਿ ਭਾਰਤ ਦੇ ਸਾਰੇ ਕਿਸਾਨ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਬੈਠੇ ਹੋਏ ਨੇ ਔਰ ਅਸੀਂ ਸਾਰੇ ਇਹੀ ਚਾਹੁੰਦੇ ਹਾਂ ਕਿ ਜਿਹੜੇ ਕਾਨੂੰਨ ਸਾਨੂੰ ਨਹੀਂ ਪਸੰਦ ਹੈਗੇ ਇਹ ਕਾਨੂੰਨ ਜਿਹੜੇ ਵਾਪਸ ਲੈ ਜਾਣੇ ਚਾਹੀਦੇ ਔਰ ਇਹਨਾਂ ਦੀ ਥਾਂ ਦੇ ਉੱਤੇ ਉਹ ਸਾਰੇ ਕਾਨੂੰਨ ਬਣਾਉਣੇ ਚਾਹੀਦੇ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਸਾਰੇ ਦੇਸ਼ ਵਾਸੀਆਂ ਦੇ ਹਿੱਤ ਦੇ ਵਿੱਚ ਹੈ ਅੱਜ ਅਸੀਂ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਇਸ ਵਕਤ ਸਰਕਾਰ ਜਿਹੜੀ ਆ ਉਹਦੀ ਆ ਸੈਂਟਰ ਦੀ ਸਰਕਾਰ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਅਸੀਂ ਜਿਹੜੀ ਆ ਇਹ ਅੱਜ ਜਾਗੋ ਦਾ ਪ੍ਰੋਗਰਾਮ ਰੱਖਿਆ ਵਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਨਸ਼ੇ ਦੇ ਵਿੱਚ ਜਿਹੜਾ ਨੋਟਾਂ ਦਾ ਨਸ਼ਾ ਨਾ ਉਹਦੇ 'ਚ ਮੋਦੀ ਸਰਕਾਰ ਖਾਸ ਕਰਕੇ ਸਾਡਾ ਪ੍ਰਧਾਨ ਮੰਤਰੀ ਜਿਹੜਾ ਵਾ ਉਹ ਨਸ਼ੇ ਦੇ ਵਿੱਚ ਉਹਦੇ ਝੂਲਿਆਂ ਦੇ ਝੂਲ ਰਿਹਾ ਵਾ ਸੁੱਤਾ ਪਿਆ ਉਹਨੂੰ ਜਗਾਉਣ ਵਾਸਤੇ ਅਸੀਂ ਇੱਕ ਜਾਗੋ ਕੱਢੀ ਆ ਕਿ ਅੱਗੇ ਜਿਹੜੀ ਅਸੀਂ ਕਾਲੀ ਦੀਵਾਲੀ ਮਨਾਈ ਆ ਇਹਦੀਆਂ ਕਾਰਨਾਂ ਕਰਕੇ ਹਾਕਮ ਦੀਆਂ ਕਾਰਨਾਂ ਕਰਕੇ ਅਤੇ ਅਸੀਂ ਹੁਣ ਜਿਹੜੇ ਆ ਇਹ ਸਾਡਾ ਨਵਾਂ ਸਾਲ ਵੀ ਆ ਜਿਹੜਾ ਇਹ ਵੀ ਸਾਡਾ ਕਾਲਾ ਜਾ ਰਿਹਾ ਆਉਣ ਵਾਲੀ ਲੋਹੜੀ ਆਉਣ ਵਾਲੀ ਆ ਸਾਡੇ ਤਿਉਹਾਰ ਜਿਹੜੇ ਆ ਅਸੀਂ ਸਾਰੇ ਤਿਉਹਾਰ ਜਿਹੜੇ ਕਾਲੇ ਤਿਉਹਾਰ ਮਨਾਵਾਂਗੇ ਜਦੋਂ ਤੱਕ ਇਹ ਕਿਸਾਨਾਂ ਦੀਆਂ ਜਿਹੜੇ ਕਾਲੇ ਕਾਨੂੰਨ ਆ ਵਾਪਸ ਨਹੀਂ ਲੈ ਜਾਂਦੇ ਜਦੋਂ ਵੋਟਾਂ ਨਾ ਬਣੇ ਹੁੰਦੇ ਫਿਰ ਤੇ ਹੱਲ ਹੁਣ ਤੱਕ ਹੋ ਜਾਂਦਾ ਤੇ ਹੋਣਾ ਪੈਣਾ ਵੇ ਸੱਚ ਦੀ ਆਵਾਜ਼ ਆ ਇਹ ਕੋਈ ਐਵੇਂ ਆਵਾਜ਼ ਨਹੀਂ ਜਿਹੜੀ ਜਾਗੋ ਕਰ ਰਹੇ ਆ ਨਾ ਮੋਦੀ ਜੀ ਨੇ ਕੰਨਾਂ ਤੱਕ ਪਹੁੰਚਾ ਰਹੇ ਵੀ ਜਾਗੋ ਮੋਦੀ ਜੀ ਨੂੰ ਜਗਾਉਣ ਲਈ ਜਾਗੋ ਦਾ ਆਯੋਜਨ ਕੀਤਾ ਗਿਆ ਵਾ इस मौके शहर वासियों वालों लंबा इंतजार किया गया पर उन्होंने इल्जाम लगाए कि नवजोत सिंह सिद्धू कोठी चो बाहर नहीं निकले जिहड़ा कल साडे पूरे कलोनी ने एक बहुत वड्डी जिहड़ी आ किसानां दे हक दे विच रैली की अमृतसर दे विच और अमृतसर दीआं वख-वख थावां ते जाके पूरे जिन्हां नूं नहीं सी पता उन्हां नूं भी दस्सिया और भारत सरकार दे कन्न खोलण दी इक कोशिश कीती और इसे कोशिश दे विच अज असीं जिहड़ी इह जागो दा आयोजन कीता और इहदा मकसद भी उही है कि असीं जिहड़े भारत सरकार ने खेती दे तीन कानून जिहड़े ने साडे विरोध दे विच पूरी किसानी दे पूरे देश दे विरोध विच जिहड़े ने उह बिना
किसी की सलाह मशवरे तो जिहड़े ने पास किए ने उन्होंने विरोध के असी पूरी तरह जिहड़ा असी उहदी विरोधता करते हैं और उस विरोधता जिहड़ा असी विरोध करन दे लई वास्ते ही जिहड़ी असी रैली आ जिहड़ी जागो आ उह अजो। इस विच कोई शक नहीं है कि किसानी संघर्ष ने हुण तक व्याहां दे तौर तरीके जिथे बदल दिते ने उत्थे ही पंजाब च गीतां दी रीत भी किसानी मोर्चे वल होण लग पई है। ਤਾਂ ਦੂਸਰੇ ਪਾਸੇ ਅੰਮ੍ਰਿਤਸਰ ਵਿਖੇ ਕੱਢੀ ਜਾਗੋ 'ਚ ਨਵਜੋਤ ਸਿੰਘ ਸਿੱਧੂ ਦਾ ਬਾਹਰ ਨਾ ਆਉਣਾ ਕਈ ਵੱਡੇ ਸਵਾਲ ਖੜ੍ਹੇ ਕਰ ਰਿਹਾ ਏ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।